ਲੁਟੇਰਿਆਂ ਨੇ ਸ਼ਹਿਰ ਦੇ ਵਿੱਚ ਆਤੰਕ ਮਚਾ ਹੋਇਆ, ਜਿਸ ਕਾਰਨ ਲੋਕਾਂ ਦੇ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਤੇ ਹੁਣ ਇਹਨਾਂ ਲੁਟੇਰਿਆਂ ਨੇ ਇੱਕ ਮੈਡੀਕਲ ਸਟੋਰ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਗਨ ਪੁਆਇੰਟ ਤੇ 50,000 ਦੀ ਨਗਦੀ ਲੈ ਕੇ ਉੱਥੋਂ ਫਰਾਰ ਹੋ ਗਏ। ਅਤੇ ਇਹ ਸਾਰੀ ਵਾਰਦਾਤ ਦੁਕਾਨ ਚ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ। ਤਸਵੀਰਾਂ ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਲੁਟੇਰਿਆਂ ਨੇ ਇਸ ਮੈਡੀਕਲ ਸਟੋਰ ਨੂੰ ਆਪਣਾ ਨਿਸ਼ਾਨਾ ਬਣਾਇਆ। ਇਹ ਤਸਵੀਰਾਂ ਕਪੂਰਥਲਾ ਦੇ ਸ਼ਹਿਰ ਫਗਵਾੜਾ ਦੇ ਹਰਗੋਬਿੰਦ ਨਗਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਪਿਸਤੌਲ ਦੀ ਨੋਕ ਤੇ ਮੈਡੀਕਲ ਸਟੋਰ ਦੇ ਵਿੱਚ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁੱਟ ਦੀ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਡੀਕਲ ਸਟੋਰ ਦੇ ਮਾਲਕ ਮਨੀਸ਼ ਕੁਮਾਰ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਹ ਦੁਕਾਨ ਖੋਲ੍ਹ ਕੇ ਆਪਣੀ ਦੁਕਾਨ ਦੇ ਵਿੱਚ ਆਇਆ ਅਤੇ ਕੁਝ ਹੀ ਸਮੇਂ ਦੇ ਬਾਅਦ ਮੋਟਰਸਾਈਕਲ ਤੇ ਸਵਾਰ ਹੋ ਕੇ 3 ਲੁਟੇਰੇ ਆਏ, ਜਿਸ ਦੇ ਵਿੱਚੋਂ 2 ਲੁਟੇਰੇ ਦੁਕਾਨ ਦੇ ਅੰਦਰ ਵੜੇ ਅਤੇ ਕਾਊਂਟਰ ਦੇ ਦੂਜੇ ਪਾਸੇ ਛਾਲ ਮਾਰ ਕੇ ਗੱਲੇ ਦੇ ਵੱਲ ਆ ਗਏ ਤੇ ਪਿਸਤੌਲ ਦੀ ਨੋਕ ਤੇ ਗੱਲੇ ਦੇ ਵਿੱਚੋਂ 50,000 ਦੀ ਨਗਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ। ਜ਼ਿਕਰਯੋਗ ਹੈ ਕਿ ਫਗਵਾੜਾ ਦੇ ਵਿੱਚ ਸਥਿਤ SBI ਦੇ ATM ਨੂੰ ਵੀ ਇਹਨਾਂ ਲੁਟੇਰਿਆਂ ਦੇ ਵੱਲੋਂ ਗੈਸ ਕਟਰ ਦੇ ਨਾਲ ਕੱਟ ਕੇ ਉਸਦੇ ਵਿੱਚੋਂ ਨਗਦੀ ਲੈ ਕੇ ਲੁਟੇਰੇ ਫਰਾਰ ਹੋ ਗਏ ਸਨ, ਪਰ ਪੁਲਿਸ ਦੇ ਹੱਥ ਹੁਣ ਤੱਕ ਖਾਲੀ ਨੇ। ਇਸ ਤੋਂ ਇਲਾਵਾ ਵੀ ਸ਼ਹਿਰ ਦੇ ਵਿੱਚ ਦਰਜਨਾਂ ਵਾਰਦਾਤਾਂ ਹੋ ਚੁੱਕੀਆਂ ਨੇ, ਪਰ ਇਹਨਾਂ ਸਾਰੀ ਵਾਰਦਾਤਾਂ ਨੂੰ ਪੁਲਿਸ ਨਹੀਂ ਰੋਕ ਪਾ ਰਹੀ, ਜਿਸਦੇ ਚੱਲਦੇ ਹੁਣ ਸ਼ਹਿਰ ਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਦੀ ਸੁਰੱਖਿਆ ਵਧਾਈ ਜਾਵੇ ਤਾਂ ਕਿ ਲੋਕ ਆਪਣਾ ਕਾਰੋਬਾਰ ਆਰਾਮ ਦੇ ਨਾਲ ਕਰ ਸਕਣ। ਸਰ, 9:25 ਟਾਈਮ ਸੀ ਜੀ, ਮੈਂ ਇਕੱਲਾ ਦੁਕਾਨ 'ਤੇ ਬੈਠਾ ਸੀ ਤਾਂ 3 ਬੰਦੇ ਆਏ ਅਤੇ ਉਹ ਆ ਕੇ ਮੈਨੂੰ ਗਨ ਪੁਆਇੰਟ 'ਤੇ ਕਹਿੰਦੇ ਜੋ ਹੈਗਾ ਤੁਹਾਨੂੰ ਦੇ ਦਿਉ ਮੈਨੂੰ। ਅੱਛਾ ਜੀ। ਅਤੇ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਬਜਾਉਣ ਦੀ, ਪਰ ਉਹ ਕਾਊਂਟਰ ਟੱਪ ਕੇ ਅੰਦਰ ਬੰਦਾ ਅੰਦਰ ਆ ਗਿਆ ਅਤੇ ਉਹ ਜਿੰਨਾ ਗੱਲਾਂ 'ਚ ਪੈਸਾ ਸੀ ਉਹ ਸਾਰੇ ਚੱਕ ਕੇ ਲੈ ਗਏ। ਕਿੰਨਾ ਤੁਸੀਂ ਲੱਗਦਾ ਕੈਸ਼? 40,000 ਦੇ ਕਰੀਬ ਸੀ। ਅੱਛਾ ਜੀ। ਕਿਤ ਕਾਤੇ ਆਏ ਸੀ ਉਹ ਬੰਦੇ? ਮੋਟਰਸਾਈਕਲ 'ਤੇ ਸੀ। ਕੀ ਕਿੰਨੇ ਉਹਨਾਂ ਕੋਲ ਕੀ ਹਥਿਆਰ ਸੀ ਉਹਨਾਂ ਕੋਲ? ਗਨ ਸੀਗੀ। ਪਿਸਟਲ ਸੀ? ਪਿਸਟਲ ਸੀ। ਪਿਸਟਲ ਕਿੰਨੇ ਪਿਸਟਲ ਸੀ? ਇੱਕ ਪਿਸਟਲ ਸੀ, ਇੱਕ ਮੁੰਡੇ ਕੋਲ ਪਿਸਟਲ ਸੀ, ਦੂਜਾ ਬੰਦਾ ਮੈਨੂੰ ਉਹ ਪੈਸੇ ਕੱਢਦਾ ਪਿਆ ਸੀ। ਅੱਛਾ। ਮੂੰਹ ਬੰਦ ਸੀ? ਮੂੰਹ ਬੰਦ ਸੀ। ਆਏ ਕਿੱਧਰੋਂ? ਮੇਨ ਮੇਨ ਰੋਡ ਤੋਂ ਆਏ? ਇੱਧਰੋਂ ਆਏ ਜੀ ਬਸ। ਅੱਛਾ। ਅਤੇ ਇੱਧਰ ਚਲੇ ਗਏ। ਕਾਤੇ ਸੀ ਉਹ? ਮੋਟਰਸਾਈਕਲ 'ਤੇ ਜੀ। ਮੋਟਰਸਾਈਕਲ 'ਤੇ। ਕੀ ਤੁਹਾਡੇ ਸੀਸੀ ਕੈਮਰੇ 'ਚ ਆਏ ਹੋਣਗੇ? ਹਾਂਜੀ ਆਏ। ਕੀ ਕਹਿਣਾ ਚਾਹੁੰਦੇ ਪੁਲਿਸ ਨੂੰ, ਜਿੱਦਾਂ ਅੱਜ ਬੜਾ ਵੱਡਾ ਤਿਉਹਾਰ ਦਾ ਦਿਨ ਆ, ਬੜੀ ਪੁਲਿਸ ਜਗ੍ਹਾ ਜਗ੍ਹਾ ਪੁਲਿਸ ਆ, ਕੀ ਕਹਿਣਾ ਚਾਹੁੰਦੇ ਪੁਲਿਸ ਨੇ? ਸਰ, ਪੁਲਿਸ ਆਪਣੀ ਡਿਊਟੀ ਕਰਦੀ ਪਈ ਹੈ, ਪਰ ਸਾਡੀ ਸਿਕਿਉਰਿਟੀ ਤਾਂ ਕੁਛ ਹੈ ਨਹੀਂ ਜੀ। ਕੀ ਤੁਹਾਡੇ ਤੁਹਾਡੇ ਮਾਰਿਆ ਉਹਨਾਂ ਨੇ ਕੁਛ? ਬਸ ਹੱਥੋਂ ਬਾਈ ਥੋੜ੍ਹੀ ਬਹੁਤ ਮਿਹਨਤ ਹੋਈ ਹੈ ਜੀ, ਬਸ ਆਹੀ ਹੋ। ਹੋਰ ਕੀ ਲੈ ਗਏ? ਬਸ ਪੈਸੇ ਲੈ ਕੇ ਗਏ ਜਿੰਨੇ ਸੀ ਗੱਲੇ, ਜਿੰਨੇ ਪੈਸੇ ਸਾਰੇ। ਕੀ ਕਿਹਾ ਕਿ ਉਹਨਾਂ ਨੇ ਤੁਹਾਨੂੰ ਜਦੋਂ ਅੰਦਰ? ਜੋ ਪੈਸਾ ਦੇ ਦਿੱਤਾ। ਅੱਛਾ, ਤਾਂ ਪਿਸਟਲ ਦਿਖਾ ਕੇ ਉਹਨੇ ਤੋਂ ਮੰਗ ਲਏ ਪੈਸੇ ਮੰਗ। ਅੱਛਾ, ਇਹ ਕਾਊਂਟਰ ਟੱਪ ਕੇ ਅੰਦਰ ਆ ਗਏ ਸੀ? ਹਾਂਜੀ, ਕਾਊਂਟਰ ਟੱਪ ਕੇ ਅੰਦਰ ਆਏ। ਦੂਜੇ ਮੈਡੀਕਲ ਸ਼ੋਪ 'ਤੇ ਆਏ ਸੀ, ਇੱਥੇ ਪਤਾ ਲੱਗਿਆ ਸੀ ਕਿ ਇੱਥੇ ਪਲਸਰ ਦੇ ਮੋਟਰਸਾਈਕਲ ਆਏ ਸੀ, ਬੰਦੇ 3 ਨੇ ਜਿਹੜਾ ਇੱਥੋਂ ਫੜ ਕੇ ਲੈ ਕੇ ਗਏ ਨੇ ਇਹਨਾਂ ਤੋਂ। ਸਰ, ਕਿੰਨੀ ਖੋਲ ਹੈਗਾ? ਹਜੇ ਫਿਲਹਾਲ ਤਾਂ ਇਹ 50,000 ਦੱਸ ਰਹੇ, ਬਾਕੀ ਬਾਅਦ 'ਚੋਂ ਜੋ ਤਫਤੀਸ਼ ਦੇ ਅੰਦਰ ਆਊਗੀ ਉਸ ਤੋਂ ਦੱਸਿਆ ਜਾਊਗਾ। ਸਰ, ਕੋਈ ਗਨ ਪੁਆਇੰਟ 'ਤੇ ਲੈ ਗਏ ਜਾਂ ਕਿੱਦਾਂ? ਹਾਂ ਜੀ, ਵੀਡੀਓ ਦੇਖ ਰਹੇ ਹਾਂ, ਇਹ ਕਹਿ ਤਾਂ ਇਹੀ ਰਹੇ ਨੇ। ਸੀਸੀਟੀਵੀ ਕੈਮਰੇ ਜਾਏ ਤੁਹਾਨੂੰ? ਇਸ ਤੋਂ ਬਾਅਦ ਪਤਾ ਲੱਗੂ ਸੀਸੀਟੀਵੀ ਕੈਮਰੇ ਮਿਲੇ ਨੇ, ਅਤੇ ਹੁਣ ਉਹਨਾਂ ਨੂੰ ਜਲਦੀ ਜਲਦੀ ਭਾਲ ਕੇ। ਸਰ, ਕਿਸ ਉੱਪਰ ਰੋਡ ਦੇ ਉੱਪਰ ਦੁਕਾਨ ਹੈ? ਇਹ ਹਰਗੋਬਿੰਦ ਨਗਰ ਰੋਡ 'ਤੇ ਹੈ।